ਤੇ ਤੁਸੀਂ ਜ਼ਿਕਰ ਕੀਤਾ ਸੀਗਾ ਜੀ ਆਪਣੇ ਬਾਪੂ ਵਰਿਆਮ ਹੋਣਾ ਦਾ। ਹਾਂਜੀ, ਅਸੀਂ ਤਾਂ ਬਹੁਤ ਛੋਟੇ ਹਾਂ ਜੀ, ਅਸੀਂ ਬੜਾ ਜ਼ਿਕਰ ਸੁਣਿਆ ਉਹਨਾਂ ਤੋਂ। ਤੇ ਤੁਸੀਂ ਉਹਨਾਂ ਨੂੰ ਦੇਖਿਆ ਜੀ? ਨਹੀਂ ਜੀ, ਮੈਂ ਨਹੀਂ ਦੇਖਿਆ। ਆ ਮੇਰੇ ਅੱਛਾ ਭਾਈ ਸਾਹਿਬ ਉਹਨਾਂ ਨੇ ਦੇਖਿਆ। ਹਾਂਜੀ, ਤੇ ਸੁਣਿਆ ਸੀ ਬਜ਼ੁਰਗ ਵੀ ਉਹ ਜਿਹੜੀ ਮੰਨ ਲਓ ਗੇਮ ਦੂਸਰਾਂ ਦੀ ਸ਼ੁਰੂ ਹੋਈ ਸੀ, ਗੋਲੀਆਂ ਬਣਾਉਂਦੇ ਸੀ ਮੰਨ ਲਓ ਦੇਸੀ, ਉਹ ਉਹਨਾਂ ਨੇ ਕੀਤੀ ਸੀ ਸ਼ੁਰੂਆਤ? ਉਹਨਾਂ ਨੇ ਕੀਤੀ ਗੋਲੀਆਂ ਦੂਸਰਾਂ ਦੀ ਸਭ ਤੋਂ ਪਹਿਲਾਂ। ਹੱਦ ਤੋਂ ਪਹਿਲਾਂ ਉਹਨਾਂ ਨੇ। ਠੀਕ ਹੈ, ਉਹ ਮੰਨ ਲਓ ਉਹਨਾਂ ਨੇ ਕਿਸ ਤਰੀਕੇ ਨਾਲ ਕੀਤੀ, ਕੁਛ ਹੈ ਪਤਾ ਜੀ? ਦੋਸਤੋ ਗੱਲ ਤੁਹਾਡੇ ਨਾਲ ਸਾਂਝੀ ਕਰ ਲਈਏ, ਬਾਪੂ ਵਰਿਆਮ ਜੀ ਦਾ ਜ਼ਿਕਰ ਹੋਇਆ, ਉਸਤਾਦ ਲੋਕ ਹੋਏ ਜਿਨ੍ਹਾਂ ਨੇ ਕਬੂਤਰਬਾਜ਼ੀ ਨੂੰ ਵੱਡਾ ਹੁੰਗਾਰਾ ਦਿੱਤਾ ਸੀਗਾ, ਤੇ ਉਦੋਂ ਬਾਅਦ ਜਿਹੜਾ ਦੂਸਰਾਂ ਦਾ ਵੀ ਦੌਰ ਚੱਲਿਆ, ਕਬੂਤਰ ਦੂਸਰਾਂ ਵੀ ਉੱਡਣ ਲੱਗੇ। ਜਿਵੇਂ ਪਹਿਲਾਂ ਬਜ਼ੁਰਗਾਂ ਨੇ ਕਿਹਾ ਸੀ ਵੀ 11-12 ਵਜੇ ਤਾਈਂ ਬਾਜ਼ੀ ਮੁੱਕ ਜਾਂਦੀ ਸੀ, ਐਂਡ ਹੱਦ 1 ਵਜੇ ਤਾਈਂ ਬਾਜ਼ੀ ਨਿਬੜ ਜਾਂਦੀ ਸੀ। ਫਿਰ ਦੂਸਰਾਂ ਦਾ ਦੌਰ ਜਿਵੇਂ ਚੱਲ ਪਿਆ, ਬਾਪੂ ਵਰਿਆਮ ਹੋਣਾ ਨੇ ਮਤਲਬ ਗੋਲੀਆਂ ਦੇਸੀ ਬਣਾ ਕੇ ਕਬੂਤਰਾਂ ਨੂੰ ਦੂਸਰਾਂ ਦੇ ਵਿੱਚ ਵੀ ਉਡਾਇਆ। ਬਾਪੂ ਵਰਿਆਮ ਜੀ ਉਹਨਾਂ ਦੇ ਪੜੋਤਰਾ ਜੀ ਵੀ ਬੈਠੇ ਬਾਈ ਅਮਰੀਕਾ ਜੀ, ਝੋਟੀ ਵਾਲੇ ਤੋਂ।